ਹਾਂਜੀ ਦੇਖੋ ਕੁਸ਼ਚਨ ਨੰਬਰ 8 ਦੇ ਵਿੱਚ ਕੀ ਕਿਹਾ ਹੋਇਆ ਇਹਨਾਂ ਨੇ ਆਪਾਂ ਨੂੰ। ਹਾਂਜੀ ਕੁਸ਼ਚਨ ਨੰਬਰ 8 ਦੇਖੋ ਇਸ ਵਿੱਚ ਕੀ ਹੈ, ਇਹ ਨਾ ਇੱਕ ਮੈਪ ਵਾਲਾ ਕੁਸ਼ਚਨ ਹੈ, ਜਿਵੇਂ ਆਪਾਂ ਥੋੜ੍ਹਾ ਜਿਹਾ ਇਸ ਦੇ ਬਾਰੇ ਆਪਾਂ ਕੱਲ ਵੀ ਪੜ੍ਹਿਆ ਸੀ ਪਰ ਆਪਣਾ ਕੱਲ ਵਿੱਚ ਹੀ ਰਹਿ ਗਿਆ। ਰਮੇਸ਼ ਦੇ ਕੋਲ ਇੱਕ ਨਕਸ਼ਾ ਹੈ ਉਸਦੇ ਕੋਲ, ਠੀਕ ਹੈ ਜੀ, ਜਿਸਦੇ ਪੈਮਾਨੇ ਵਿੱਚ 1 ਸੈਂਟੀਮੀਟਰ ਦੀ ਦੂਰੀ 18 ਕਿਲੋਮੀਟਰ ਨੂੰ ਦਰਸਾਉਂਦੀ ਹੈ। ਉਹ ਉਸ ਸੜਕ ਤੋਂ ਆਪਣੀ ਗੱਡੀ ਨਾਲ 72 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਉਸ ਦੁਆਰਾ ਤੈਅ ਕੀਤੀ ਗਈ ਨਕਸ਼ੇ ਦੇ ਵਿੱਚ ਦੂਰੀ ਕਿੰਨੀ ਹੋ ਗਈ। ਹੁਣ ਦੇਖੋ ਇਸ ਚੀਜ਼ ਦੇ ਵਿੱਚ ਕੀ ਹੁੰਦਾ ਹੈ, ਸ਼ਾਇਦ ਤੁਸੀਂ ਮੈਪ ਦੇਖਿਆ ਜੀ ਕਦੇ ਮੈਪ? ਯੈਸ ਸਰ। ਹਾਂਜੀ ਮੈਂ ਨਾ ਤੁਹਾਨੂੰ ਮੈਪ ਦਿਖਾਉਣਾ, ਉਹ ਚੀਜ਼ ਮੇਰੀ ਗੱਲ ਸੁਣੋ, ਉਹ ਚੀਜ਼ ਧਿਆਨ ਨਾਲ ਦੇਖਿਓ, ਤੁਹਾਨੂੰ ਮੈਂ ਮੈਪ ਦੇ ਵਿੱਚ ਉਹ ਚੀਜ਼ ਸ਼ੋਅ ਕਰਦਾ ਸਾਰੀ। ਦੇਖੋ ਹੁਣ ਤੁਹਾਨੂੰ ਮੈਪ ਸ਼ੋਅ ਹੋ ਰਿਹਾ ਹੋਊਗਾ, ਸ਼ੋਅ ਹੋਣ ਲੱਗ ਗਿਆ ਜੀ ਮੈਪ? ਹਾਂਜੀ ਬੋਲੋ ਨੀਚੇ। ਆਹ ਦੇਖੋ ਜੀ ਜਿਹੜੇ ਮੇਰੇ ਆ ਪੁਆਇੰਟ ਤੇ, ਆਹ ਜਿੱਥੇ ਮੇਰਾ ਜਿੱਥੇ ਮਾਊਸ ਹੈ ਮੇਰਾ ਕਰਸਰ ਹੈ ਉੱਥੇ ਕੀ ਲਿਖਿਆ ਹੋਇਆ ਵੀ, ਆਹ ਚੀਜ਼ ਦੇਖੋ ਧਿਆਨ ਨਾਲ ਕੀ ਲਿਖਿਆ ਹੋਇਆ ਜੀ, ਇਹ 10 ਕਿਲੋਮੀਟਰ ਲਿਖਿਆ ਹੋਇਆ ਨਾ। ਕਿਲੋਮੀਟਰ ਯੈਸ। ਹਾਂਜੀ ਪਹਿਲਾਂ ਐਵੇਂ ਦੱਸੋ ਵੀ ਸਾਰੇ ਬੱਚਿਆਂ ਨੂੰ ਆਹ ਚੀਜ਼ ਸ਼ੋਅ ਹੋ ਰਹੀ ਹੈ 10 ਕਿਲੋਮੀਟਰ? ਯੈਸ ਯੈਸ। ਹੁਣ ਦੇਖੋ ਇੱਥੇ ਕੀ ਲਿਖਿਆ ਆ ਗਿਆ, ਹੁਣ ਉਹ ਮਾੜਾ ਚੇਂਜ ਹੋ ਗਿਆ। ਹੁਣ ਦੇਖੋ ਕੀ ਲਿਖਿਆ ਆ ਰਿਹਾ, 20 ਕਿਲੋਮੀਟਰ। 20 ਕਿਲੋਮੀਟਰ ਲਿਖਿਆ ਆ ਰਿਹਾ, ਹੁਣ ਕਿੰਨਾ ਆ ਗਿਆ 50 ਕਿਲੋਮੀਟਰ, ਹੁਣ ਕਿੰਨਾ ਆ ਗਿਆ 100, ਹੁਣ 200 ਕਿਲੋਮੀਟਰ ਆ ਗਿਆ, ਹਨਾ ਜੀ। ਹੁਣ ਇਸ ਚੀਜ਼ ਦਾ ਮੀਨਿੰਗ ਦੇਖੋ ਧਿਆਨ ਨਾਲ ਕੀ ਹੈਗਾ, ਇਸ ਚੀਜ਼ ਦਾ ਮੀਨਿੰਗ ਕੀ ਹੈ, ਜਿਹੜੀ ਆਹ ਚੀਜ਼ ਨੀ ਹੈਗੀ ਆਪਣੇ ਕੋਲ, ਜਿਹੜੀ ਆਹ ਜਿਹੜੀ ਨਾ ਇੱਕ ਇਹਨਾਂ ਨੇ ਆਹ ਮਾਰੀ ਹੋਈ ਹੈ, ਬਿਲਕੁਲ ਲਾਈਟ ਜਿਹੀ ਮਾਰੀ ਹੋਈ ਹੈ ਲਾਈਨ, ਆਹ ਵਾਲੀ ਆਹ ਚੀਜ਼ ਦੇਖੋ ਤੁਸੀਂ ਆਹ ਉਰੇ ਧਿਆਨ ਨਾਲ, ਆਹ ਚੀਜ਼ ਇੰਨੀ ਬੋਕਸ ਜਿਹਾ ਨੀ ਬਣਿਆ ਹੋਇਆ ਆਹ ਵਾਲਾ, ਇਹਦਾ ਮਤਲਬ ਹੈ ਜੇ ਮੈਪ ਦੇ ਵਿੱਚ ਆਪਾਂ ਇੰਨੀ ਦੂਰੀ ਤੈਅ ਕਰ ਜਾਂਗੇ ਤਾਂ ਉਹ 200 ਕਿਲੋਮੀਟਰ ਦੇ ਬਰਾਬਰ ਹੋਊਗੀ। ਮਤਲਬ ਕਿ ਜਿਵੇਂ ਇੱਥੇ ਇੱਕ ਹੈ, ਮਤਲਬ ਕਿ ਜਿੰਨੀ ਆਹ ਲਾਈਨ ਹੈ, ਜਿੰਨੀ ਆਹ ਵਾਲੀ ਲਾਈਨ ਹੈ ਜਿੱਥੇ ਮੈਂ ਲਾਲ ਲਾਲ ਜਿਹਾ ਕੀਤਾ ਹੋਇਆ ਇਹ, ਜੇ ਆਪਾਂ ਇੰਨੀ ਦੂਰੀ ਆਪਾਂ ਮੈਪ ਤੇ ਡਰਾ ਕਰ ਦਾਂਗੇ ਤਾਂ ਇਹ ਕਿੰਨੀ ਹੋ ਜਾਊਗੀ, 200 ਕਿਲੋਮੀਟਰ ਹੋਊਗਾ ਐਕਚੁਅਲ ਦੇ ਵਿੱਚ ਇਹ ਡਿਸਟੈਂਸ। ਮੇਰੀ ਗੱਲ ਸਮਝ ਗਏ ਜੀ ਗੱਲ ਕਿਵੇਂ ਕਹਿ ਰਿਹਾ ਮੈਂ? ਹੁਣ ਮੈਪ ਤਾਂ ਆਪਾਂ ਨੂੰ ਬਹੁਤ ਕੀ ਦਿਖਾਇਆ ਹੋਇਆ, ਬਿਲਕੁਲ ਸਮਾਲ ਮੈਪ ਹੈ, ਤਾਂ ਬਿਲਕੁਲ ਛੋਟੇ ਸਾਈਜ਼ ਦਾ, ਪਰ ਇਹਦੇ ਵਿੱਚ ਜੇ ਆਪਾਂ ਦੂਰੀ ਦੇਖਾਂਗੇ ਆਹ ਇੰਨੀ ਕੁ ਦੂਰੀ ਹੀ ਕਿੰਨੀ ਹੋ ਜਾਊਗੀ, 200 ਕਿਲੋਮੀਟਰ ਹੋ ਜਾਊ ਇੰਨੀ ਕੁ ਦੂਰੀ। ਲੱਗ ਗਈ ਜੀ ਮੇਰੀ ਗੱਲ, ਸਮਝ ਲੱਗ ਗਈ? ਹਾਂਜੀ ਬੋਲੋ। ਯੈਸ ਸਰ। ਤਾਂ ਹੁਣ ਯੈਸ ਸਰ। ਯੈਸ ਸਰ। ਹੁਣ ਜੇ ਆਪਾਂ ਇੰਨੀ ਹੋਰ ਡਰਾ ਕਰ ਦਾਂਗੇ ਤਾਂ ਫਿਰ ਕਿੰਨੀ ਹੋ ਜਾਊਗੀ, 400 ਕਿਲੋਮੀਟਰ ਹੋ ਜਾਊਗੀ। ਮਤਲਬ ਕਿ ਜੇ ਆਪਾਂ ਆਹਲੇ ਪੁਆਇੰਟ ਤੋਂ ਉਰੇ ਤੱਕ ਜਾਣਾ ਹੋਵੇ ਤਾਂ ਆਪਾਂ ਨੂੰ ਸੜਕ ਦੇ ਉੱਪਰ 400 ਕਿਲੋਮੀਟਰ ਟਰੈਵਲ ਕਰਨਾ ਪਊਗਾ। ਲੱਗ ਗਈ ਜੀ ਗੱਲ ਸਮਝ? ਯੈਸ ਸਰ। ਹਾਂਜੀ ਹੁਣ ਅੱਗੇ ਸਮਝੋ, ਹੁਣ ਆਪਾਂ ਵਾਪਸ ਕੁਸ਼ਚਨ ਤੇ ਆਉਂਦੇ ਹਾਂਗੇ। ਤਾਂ ਹੁਣ ਇਹਨਾਂ ਨੇ ਕੀ ਕਿਹਾ, ਕਹਿੰਦਾ ਜਿਹੜੀ ਮੈਪ ਦੇ ਵਿੱਚ 1 ਸੈਂਟੀਮੀਟਰ ਜਿਹੜੀ ਦੂਰੀ ਹੈ ਉਹ ਆਪਾਂ ਨੂੰ 18 ਕਿਲੋਮੀਟਰ ਸ਼ੋਅ ਕਰ ਰਹੀ ਹੈ। ਕਹਿੰਦਾ ਉਸਨੇ ਕਹਿੰਦਾ 72 ਕਿਲੋਮੀਟਰ ਜਿਹੜੀ ਉਹਨੇ ਡਰਾਈਵ ਕੀਤੀ ਹੈ ਰੋਡ ਤੇ, ਤਾਂ ਉਹਨੇ ਮੈਪ ਦੇ ਵਿੱਚ ਉਹਨੇ ਕਿੰਨੀ ਦੂਰੀ ਕਵਰ ਕਰ ਲਈ ਹੋਊ, ਵਟ ਵੁੱਡ ਬੀ ਹਰ ਡਿਸਟੈਂਸ ਕਵਰਡ ਇਨ ਦਾ ਮੈਪ। ਹੁਣ ਦੇਖੋ, ਹੁਣ ਤੁਸੀਂ ਦੁਬਾਰੇ ਆਪਾਂ ਮੈਪ ਤੇ ਜਾ ਰਹੇ ਹਾਂ ਆਪਾਂ, ਹੁਣ ਮੈਨੂੰ ਐਵੇਂ ਦੱਸੋ ਜਿੰਨੀ ਆਪਾਂ ਦੂਰੀ ਵੱਧ ਟਰੈਵਲ ਕਰਾਂਗੇ ਉਨੀ ਆਹ ਲਾਈਨ ਬੜੀ ਹੋਊਗੀ ਛੋਟੀ ਹੋਊਗੀ ਜੀ? ਹਾਂਜੀ ਦੱਸੋ, ਮੰਨ ਲਓ ਮੈਨੇ 400 ਕਿਲੋਮੀਟਰ ਨੂੰ ਆਹ ਸ਼ੋਅ ਕਰ, ਇਹ ਆਹ ਚੀਜ਼ ਕਿਹਨੂੰ ਸ਼ੋਅ ਕਰ ਰਹੀ ਹੈ ਇਸ ਟਾਈਮ, 200 ਕਿਲੋਮੀਟਰ ਨੂੰ। ਆਹ ਚੀਜ਼ ਕਿਹਨੂੰ ਸ਼ੋਅ ਕਰ ਰਹੀ ਹੈਗੀ, 400 ਕਿਲੋਮੀਟਰ ਨੂੰ। ਜਦੋਂ 200 ਕਿਲੋਮੀਟਰ ਸੀ ਉਸ ਟਾਈਮ ਜਿਹੜੀ ਲਾਈਨ ਸੀ ਉਹ ਕਿੰਨੀ ਸੀ, ਬਿਲਕੁਲ ਇੰਨੀ ਕੁ ਸੀ। ਜਦੋਂ 400 ਕਿਲੋਮੀਟਰ ਦੂਰੀ ਤੈਅ ਕੀਤੀ ਹੈ ਲਾਈਨ ਕੀ ਹੋ ਗਈ, ਬੜੀ ਹੋ ਗਈ। ਮਤਲਬ ਕਿ ਜਿਹੜੀ ਐਕਚੁਅਲ ਦੂਰੀ ਆਪਾਂ ਤੈਅ ਕਰ ਰਹੇ ਹਾਂ ਤੇ ਜਿਹੜੀ ਦੂਰੀ ਮੈਪ ਤੇ ਹੈ, ਦੋਹੇ
ਦੋਹੇ ਜੇ 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 ਐਕਚੁਅਲ ਦੂਰੀ ਵੱਧ ਰਹੀ ਹੈ ਤਾਂ ਇਹਦੀ ਮੈਪ ਵਾਲੀ ਦੂਰੀ ਵੀ ਕੀ ਹੋ ਰਹੀ ਹੈ? ਵੱਧ ਰਹੀ ਹੈ। ਮਤਲਬ ਇਸ ਚੀਜ਼ ਨੂੰ ਆਪਾਂ ਕੀ ਬੋਲਾਂਗੇ? ਇਸ ਚੀਜ਼ ਨੂੰ ਬੋਲਾਂਗੇ ਆਪਾਂ ਡਾਇਰੈਕਟ ਰੇਸ਼ੋ, ਡਾਇਰੈਕਟਲੀ ਪ੍ਰਪੋਰਸ਼ਨਲ। ਮਤਲਬ ਇਹਨੂੰ ਬੋਲਾਂਗੇ ਆਪਾਂ, ਇਹ ਚੀਜ਼ ਕਿਹਦੇ ਵਿੱਚ ਹੈ? ਇਹ ਡਾਇਰੈਕਟ ਡਾਇਰੈਕਟ ਰੇਸ਼ੋ ਦੇ ਵਿੱਚ ਹੈ। ਜਿੰਨੀ ਦੂਰੀ ਆਪਾਂ ਸੜਕ ਤੇ ਕਵਰ ਕਰਾਂਗੇ, ਓਨੀ ਹੀ ਦੂਰੀ ਜਿਹੜੀ ਹੈ ਉਹ ਮੈਪ ਤੇ ਕਵਰ ਹੋਊਗੀ। ਹਾਂਜੀ, ਠੀਕ ਹੈ ਜੀ। ਆ ਜੀ, ਲੱਗ ਗਈ ਜੀ ਪਤਾ? ਹਾਂਜੀ ਹਾਂਜੀ। ਹੁਣ ਦੇਖੋ, ਜਿਹੜੀ ਇੱਥੇ ਰੇਸ਼ੋ ਬਣਦੀ ਹੈ, ਉਹ ਰੇਸ਼ੋ ਕਿਹੜੀ ਬਣ ਗਈ ਜੀ? ਉਹ ਬਣ ਗਈ ਡਾਇਰੈਕਟ ਰੇਸ਼ੋ ਬਣ ਗਈ ਜਦੋਂ ਆਪਾਂ ਲਾਈਨ ਤੇ ਉੱਪਰ, ਹਾਂਜੀ, ਜਦੋਂ ਆਪਾਂ 1 ਸੈਂਟੀਮੀਟਰ ਦੀ ਦੂਰੀ ਤੈਅ ਕਰਦੇ ਹਾਂ। ਮਤਲਬ ਕਿ ਜਦੋਂ ਮੈਂ ਆਹ ਦੇਖੋ ਲਿਖਿਆ ਹੋਇਆ, ਇਹ ਲਿਖਿਆ ਹੋਇਆ ਸਕੇਲ ਇਨ ਸੈਂਟੀਮੀਟਰ। ਆਹ ਚੀਜ਼ ਤਾਂ ਮੈਪ ਦੇ ਵਿੱਚ ਹੈ, ਤੇ ਜਿਹੜੀ ਆਹ ਜਿਹੜਾ ਡਿਸਟੈਂਸ ਹੈ ਇਹ ਕਿਹਦੇ ਵਿੱਚ ਹੈਗਾ? ਜਿਹੜਾ ਉਹਨੇ ਐਕਚੁਅਲ ਵਿੱਚ ਟਰੈਵਲ ਕੀਤਾ 18 ਕਿਲੋਮੀਟਰ। ਜਦੋਂ ਉਹਨੇ 1 ਸੈਂਟੀਮੀਟਰ ਦੂਰੀ ਮੈਪ ਤੇ ਤੈਅ ਕੀਤੀ ਤਾਂ ਉਹਦੀ ਦੂਰੀ ਕਿੰਨੀ ਹੋ ਗਈ? 18 ਕਿਲੋਮੀਟਰ ਤੈਅ ਹੋ ਗਈ ਉਹਦੀ, ਉਹਦੇ ਜਿਹੜੀ ਉਹਨੇ ਐਕਚੁਅਲ ਦੂਰੀ ਤੈਅ ਕੀਤੀ ਹੈ ਸੜਕ ਦੇ ਉੱਪਰ। ਹੁਣ ਕਹਿੰਦਾ ਜਦੋਂ ਉਹ 72 ਕਿਲੋਮੀਟਰ ਦੂਰੀ ਤੈਅ ਕਰੂਗਾ ਸੜਕ ਦੇ ਉੱਪਰ, ਤਾਂ ਉਹਦੀ ਮੈਪ ਦੇ ਵਿੱਚ ਕਿੰਨੀ ਦੂਰੀ ਤੈਅ ਹੋਊਗੀ? ਤਾਂ ਇਹ ਕੀ ਬਣ ਜੂਗੀ? ਡਾਇਰੈਕਟ ਰੇਸ਼ੋ। ਤਾਂ ਆਪਾਂ ਇਸ ਚੀਜ਼ ਨੂੰ ਲਿਖਾਂਗੇ 1/x ਬਰਾਬਰ 18/72। ਇੱਥੇ ਆਪਾਂ ਚਾਹੇ ਤੁਸੀਂ ਇਹਨੂੰ ਇੱਥੇ ਕੈਂਸਲ ਕਰ ਦਿਓ, 18 × 18, 18 × 72। ਮਤਲਬ ਕਿ 1/x ਬਰਾਬਰ ਕਿੰਨਾ ਆ ਗਿਆ? 1/4 ਦੇ ਇਹਨੂੰ ਕਰ ਦਿਓ ਕ੍ਰੋਸ ਮਲਟੀਪਲਾਈ। ਐਕਸ ਨੂੰ 1 ਨਾਲ ਗੁਣਾ ਕਰਾਂਗੇ ਕਿੰਨਾ ਆ ਜਾਊਗਾ? 1 ਆ ਜਾਊਗਾ। 4 ਨੂੰ 1 ਨਾਲ ਗੁਣਾ ਕਰਾਂਗੇ ਕਿੰਨਾ ਆ ਜਾਊਗਾ? 4। ਤਾਂ ਐਕਸ ਬਰਾਬਰ ਕਿੰਨਾ ਹੋ ਗਿਆ? 4 ਸੈਂਟੀਮੀਟਰ। ਮਤਲਬ ਕਿ ਜਿਹੜੀ ਮੈਪ ਤੇ ਦੂਰੀ ਤੈਅ ਕਰੂਗਾ ਉਹ ਕਿੰਨੀ ਹੋ ਜਾਊਗੀ? 4 ਸੈਂਟੀਮੀਟਰ ਹੋ ਜਾਊਗੀ। ਤੁਸੀਂ ਇਸ ਕੁਸ਼ਚਨ ਨੂੰ ਮੂੰਹ ਜ਼ਬਾਨੀ ਵੀ ਕਰ ਸਕਦੇ ਹੋ। ਦੇਖੋ ਕਿਵੇਂ, ਜਿਹੜੀ ਉਹਦੀ ਦੂਰੀ ਸੀ ਪਹਿਲਾਂ ਕਿੰਨੀ ਸੀ? 18 ਕਿਲੋਮੀਟਰ। ਹੁਣ ਕਿੰਨੀ ਹੋ ਗਈ? 72। ਮਤਲਬ ਕਿ 4 ਨਾਲ ਮਲਟੀਪਲਾਈ ਹੋ ਗਈ। ਤਾਂ ਪਹਿਲਾਂ ਉਹਦੀ ਮੈਪ ਦੀ ਦੂਰੀ ਕਿੰਨੀ ਸੀ? 1। ਹੁਣ ਇਹਨੂੰ ਵੀ 4 ਨਾਲ ਮਲਟੀਪਲਾਈ ਕਰਦਾ, ਕਿੰਨਾ ਆਂਸਰ ਆ ਜਾਊਗਾ? 4 ਸੈਂਟੀਮੀਟਰ। ਹਾਂਜੀ, ਐਵੇਂ ਦੱਸੋ ਜੀ, ਲੱਗ ਗਈ ਸੀ ਗੱਲ? ਸਮਝ ਲੱਗ ਗਈ? ਯੈਸ ਯੈਸ ਸਰ। ਕੋਈ ਵੀ ਤਰ੍ਹਾਂ ਦਾ ਡਾਊਟ ਹੈ ਕੁਐਸਚਨ ਦੇ ਵਿੱਚ ਪੁੱਛ ਸਕਦਾ ਹੈ ਜੀ। ਯੈਸ ਸਰ। ਚਲੋ ਫਿਰ ਆਪਾਂ ਕੁਐਸਚਨ ਨੰਬਰ 9 ਕਰਦੇ ਹਾਂ ਜੀ ਆਪਾਂ। ਹਾਂਜੀ, ਕੁਐਸਚਨ ਨੰਬਰ 9 ਆ ਗਿਆ ਹੁਣ। ਇਹਦੇ ਵਿੱਚ ਕੀ ਹੈ ਆਪਣੇ ਕੋਲ? ਇਹ 5 ਮੀਟਰ 60 ਸੈਂਟੀਮੀਟਰ ਹਾਈਟ ਵਰਟੀਕਲ ਪੋਲ ਹੈ। ਵਰਟੀਕਲ ਮਤਲਬ ਕੀ ਹੁੰਦਾ? ਜਿਹੜਾ ਸਟ੍ਰੇਟ ਖੜਾ ਹੋਵੇ ਉੱਚਾ। ਮਤਲਬ ਇਸ ਚੀਜ਼ ਨੂੰ ਆਪਾਂ ਪੋਲ ਕਹਿ ਸਕਦੇ ਹਾਂ। ਖੰਭਾ ਨਹੀਂ ਹੁੰਦਾ, ਖੰਭਾ, ਉਹਨੂੰ ਪੋਲ ਬੋਲਿਆ ਜਾਂਦਾ ਹੈਗਾ। ਪੋਲ ਕਾਸਟ ਇਹ ਸ਼ੈਡੋ ਕਹਿੰਦਾ ਇਸਦੀ, ਕਹਿੰਦਾ ਜਿਹੜੀ ਕਹਿੰਦਾ ਸ਼ੈਡੋ ਹੈ ਜੀ, ਪਰਛਾਈ ਹੈ। ਮੰਨ ਲਓ ਉਰੇ ਸੂਰਜ ਨਿਕਲਿਆ ਹੋਇਆ ਜੀ, ਆਪਾਂ ਤੁਹਾਨੂੰ ਪਿਕਚਰ ਬਣਾ ਕੇ ਦੱਸਦਾ ਪੂਰੀ। ਹਾਂਜੀ, ਆਹ ਚੀਜ਼ ਤਾਂ ਮੰਨ ਲਓ ਆਪਣੇ ਕੋਲ ਇੱਕ ਖੰਭਾ ਲੱਗਿਆ ਹੋਇਆ ਪੋਲ, ਤੇ ਇੱਥੇ ਇੱਕ ਆਪਣੇ ਕੋਲ ਕੀ ਹੈ? ਸੂਰਜ ਨਿਕਲਿਆ ਹੋਇਆ। ਮੰਨ ਲਓ ਆਹ ਸੂਰਜ ਹੈਗਾ, ਤਾਂ ਹੁਣ ਜਿਹੜੀ ਇਹਦੀ ਸ਼ੈਡੋ ਹੋਊਗੀ, ਇਹਦੀ ਸ਼ੈਡੋ ਇਹਦੀ ਇੱਥੇ ਹੋਊਗੀ, ਇਸਦੀ ਸ਼ੈਡੋ ਆਵਲੇ ਪੋਰਸ਼ਨ ਦੇ ਵਿੱਚ। ਹਾਂਜੀ, ਦੇਖੋ ਧਿਆਨ ਨਾਲ, ਜੇ ਆਪਾਂ ਇੱਥੇ ਖੜਦੇ ਹਾਂ ਤਾਂ ਆਪਣੀ ਜਿਹੜੀ ਪਰਛਾਈ ਹੋਊਗੀ ਆਪਣੀ ਕਿਹੜੇ ਪਾਸੇ ਆਊ? ਪਿਛਲੇ ਪਾਸੇ ਆਊਗੀ ਪਰਛਾਈ ਆਪਣੀ। ਹਾਂਜੀ ਬੋਲੋ, ਆਜ ਜੀ ਲੱਗ ਗਈ ਜੀ ਪਤਾ? ਹਾਂਜੀ। ਹਾਂਜੀ, ਹੁਣ ਕੀ ਕਹਿ ਰਿਹਾ ਹੈਗਾ? ਕਹਿੰਦਾ ਫਾਇੰਡ ਐਟ ਸੇਮ ਟਾਈਮ। ਕਹਿੰਦਾ ਹੁਣ ਜੇ ਇਹੀ ਸਮਾਂ ਆਪਣੇ ਕੋਲ, ਟਾਈਮ ਵੀ ਇਹੀ ਹੈਗਾ। ਕਹਿੰਦਾ ਇੱਕ ਖੰਭਾ ਹੋਰ ਖੜਾ ਆਪਣੇ ਕੋਲ, ਕਹਿੰਦਾ ਉਹਦੀ ਹਾਈਟ ਕਿੰਨੀ ਹੈਗੀ? 10 ਮੀਟਰ 50 ਸੈਂਟੀਮੀਟਰ ਹਾਈ ਹੈ। ਤਾਂ ਹੁਣ ਜੇ ਖੰਭਾ ਲੰਬਾ ਹੋਊ, ਉਹਦੀ ਪਰਛਾਈ ਲੰਬੀ ਹੋਊ ਕਿ ਛੋਟੀ ਹੋਊਗੀ ਜੀ? ਹਾਂਜੀ ਦੱਸੋ। ਮੰਨ ਲਓ ਆਹ ਸੂਰਜ ਹੈ, ਹੁਣ ਖੰਭਾ ਕੀ ਹੈ? ਬਹੁਤ ਜ਼ਿਆਦਾ ਬੜਾ ਹੈਗਾ। ਤਾਂ ਹੁਣ ਉਹਦੀ ਪਰਛਾਈ ਕੀ ਹੋਊਗੀ ਜੀ? ਬੜੀ ਹੋਊ ਕਿ ਛੋਟੀ ਹੋਊਗੀ? ਪਰਛਾਈ ਉਹਦੀ ਕੀ ਬਣ ਜਾਊਗੀ? ਵੱਡੀ ਨਹੀਂ ਹੋਊਗੀ, ਛੋਟੀ ਦੀ ਗੱਲ ਹੈ। ਤੁਸੀਂ ਐਵੇਂ ਕਰਿਓ, ਤੁਸੀਂ ਨਾ ਇੱਕੋ ਟਾਈਮ ਤੇ ਖੜ ਜਾਓ, ਤੇ ਜਿਹੜਾ ਜਦੋਂ ਤੁਸੀਂ ਸੂਰਜ ਦੇ ਥੱਲੇ ਖੜੋਗੇ ਤਾਂ ਜਿਹਦੀ ਹਾਈਟ ਬੜੀ ਹੈ ਉਹਦੀ ਪਰਛਾਈ ਤੁਹਾਨੂੰ ਬੜੀ ਦਿਖੂਗੀ। ਸੇਮ ਟਾਈਮ ਤੇ ਖੜੋ, ਸੇਮ ਟਾਈਮ ਤੇ,
ਠੀਕ ਹੈ ਜੀ, ਇੱਕੋ ਟਾਈਮ ਤੇ ਖੜੇ ਹੋ, ਜਿਹੜਾ ਜਿਹੜੀ ਹਾਈਟ ਬੜੀ ਹੋਊਗੀ ਉਹਦੀ ਪਰਛਾਈ ਵੀ ਸਾਨੂੰ ਬੜੀ ਦਿਖੂਗੀ, ਕਿਉਂਕਿ ਜਿਹੜੀ ਜਿਹੜੀ ਸੂਰਜ ਦੀ ਕਿਰਨ ਹੈ ਇੱਥੋਂ ਆਊਗੀ ਤਾਂ ਉਹ ਇੱਥੇ ਜਾ ਕੇ ਪਊਗੀ, ਮਤਲਬ ਆਹ ਚੀਜ਼ ਤਾਂ ਕਿਰੂ ਸਾਰੀ ਖਾਲੀ ਰਹੂਗੀ, ਇੱਥੇ ਤਾਂ ਲਾਈਟ ਪੈਣੀ ਨਹੀਂ, ਉਹ ਆਪਣੀ ਕੀ ਬਣ ਜੂਗੀ, ਪਰਛਾਈ ਬਣ ਜੂਗੀ। ਤਾਂ ਜਿਹੜੀ ਚੀਜ਼ ਜਿੰਨੀ ਪੋਲ ਬੜਾ ਹੋਊਗਾ ਉਹਦੀ ਪਰਛਾਈ ਵੀ ਉਨੀ ਕੀ ਹੋ ਜੂਗੀ, ਬੜੀ ਹੋਊਗੀ। ਠੀਕ ਹੈ ਜੀ, ਇਹਨੂੰ ਯਾਦ ਰੱਖੋ ਤੁਸੀਂ, ਇਹਨੂੰ ਆਪਣਾ ਵੈਸੇ ਵੀ ਧੁੱਪੇ ਵੀ ਚੈੱਕ ਕਰ ਸਕਦੇ ਹੋ ਖੜ ਕੇ, ਇੱਕ ਜਣਾ ਛੋਟਾ ਇੱਕ ਜਣਾ ਬੜਾ, ਤੁਸੀਂ ਇਹਨੂੰ ਜਦੋਂ ਧੁੱਪੇ ਖੜੋਗੇ ਤੁਹਾਨੂੰ ਆਪਣੇ ਆਪ ਇਹ ਚੀਜ਼ ਪਤਾ ਲੱਗ ਜੂਗੀ। ਠੀਕ ਹੈ ਜੀ, ਹਾਂਜੀ ਬੋਲੋ। ਓਕੇ ਸਰ। ਹਾਂਜੀ, ਹੁਣ ਜਿੰਨੀ 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 ਖੰਭੇ ਦੀ ਹਾਈਟ ਵਧੂਗੀ ਉਨੀ ਜਿਹੜੀ ਪਰਛਾਈ ਦੀ ਲੈਂਥ ਹੈ ਉਹ ਵੀ ਵਧੂਗੀ, ਤਾਂ ਇਟ ਮੀਨਸ ਕੀ ਹੋ ਗਿਆ ਜੀ, ਇਹ ਕੀ ਬਣ ਜੂ, ਇਹਨੂੰ ਬੋਲਾਂਗੇ ਆਪਾਂ ਡਾਇਰੈਕਟ ਰੇਸ਼ੋ ਬੋਲਾਂਗੇ, ਸਿੱਧਾ ਅਨੁਪਾਤ। ਠੀਕ ਹੈ ਜੀ, ਜਿਹੜਾ ਆਹ ਆਹ ਕੁਐਸਚਨ ਵੀ ਕਿਹਦਾ ਆ ਗਿਆ, ਸਿੱਧੇ ਅਨੁਪਾਤ। ਤਾਂ ਹੁਣ ਆਪਾਂ ਨੇ ਕੀ ਕਰਨਾ ਹੈਗਾ, ਆਪਾਂ ਨੇ ਸ਼ੈਡੋ ਦੀ ਲੈਂਥ ਪਤਾ ਕਰਨੀ ਹੈ ਵੀ ਕਿੰਨੀ ਹੋਊਗੀ। ਹੁਣ ਆਪਾਂ ਨੂੰ ਪਤਾ ਵੀ ਦੋਹੇ ਕਿਹਦੇ ਵਿੱਚ ਨੇ, ਇਹ ਡਾਇਰੈਕਟ ਰੇਸ਼ੋ ਦੇ ਵਿੱਚ ਨੇ, ਤਾਂ ਆਪਾਂ ਇਹਨੂੰ ਇੱਥੇ ਐਵੇਂ ਲਿਖਾਂਗੇ ਸਿੰਪਲ, ਜਿਵੇਂ ਇਸ ਕਾਪੀ 'ਚ ਕੀਤਾ ਹੋਇਆ, ਇਹਦੇ ਵਿੱਚ ਤੁਸੀਂ ਐਵੇਂ ਚਾਹੇ ਨਾ ਵੀ ਕਰਿਓ, ਸਿੰਪਲ ਲਿਖਿਓ, ਇੱਥੇ ਲਿਖਿਓ ਹਾਈਟ ਆਫ ਪੋਲ ਜਾਂ ਫਿਰ ਖੰਭੇ ਦੀ ਉਚਾਈ, ਹਾਈਟ ਆਫ ਪੋਲ ਪੰਜਾਬੀ 'ਚ ਕੀ ਲਿਖੋਗੇ, ਖੰਭੇ ਦੀ ਉਚਾਈ। ਠੀਕ ਹੈ ਜੀ, ਇਹ ਤੁਸੀਂ ਲਿਖ ਲਿਓ ਪੰਜਾਬੀ ਦੇ ਵਿੱਚ, ਅਤੇ ਇੱਥੇ ਆਪਾਂ ਕੀ ਲਿਖਾਂਗੇ, ਸ਼ੈਡੋ ਦੀ ਜਿਹੜੀ ਲੈਂਥ ਹੈ, ਲੈਂਥ ਆਫ ਸ਼ੈਡੋ, ਸ਼ੈਡੋ ਮਤਲਬ ਹੁੰਦਾ ਪਰਛਾਈ, ਉਹਦੀ ਲੈਂਥ। ਤਾਂ ਹੁਣ ਹੁਣ ਇਹ ਕਿਹਦੇ ਵਿੱਚ ਨੇ, ਇਹ ਡਾਇਰੈਕਟ ਰੇਸ਼ੋ ਦੇ ਵਿੱਚ ਨੇਗੇ। ਤਾਂ ਪਹਿਲਾਂ ਪੋਲ ਦੀ ਹਾਈਟ ਕਿੰਨੀ ਸੀ ਸਟਾਰਟਿੰਗ ਦੇ ਵਿੱਚ, ਆਪਾਂ ਨੂੰ ਦਿੱਤਾ ਸੀ ਕਹਿੰਦਾ ਇੱਕ 5 ਮੀਟਰ 7 ਸੈਂਟੀਮੀਟਰ ਦਾ ਵਰਟੀਕਲ ਪੋਲ ਹੈ, ਪਹਿਲਾਂ ਆਪਾਂ ਨੂੰ 5 ਮੀਟਰ 7 ਸੈਂਟੀਮੀਟਰ ਨੂੰ ਸੈਂਟੀਮੀਟਰ ਚੇਂਜ ਕਰ ਲੈਂਦੇ ਹਾਂ ਆਪਾਂ। ਤਾਂ 1 ਮੀਟਰ ਦੇ ਵਿੱਚ ਸੈਂਟੀਮੀਟਰ ਕਿੰਨੇ ਹੁੰਦੇ ਨੇ ਜੀ, ਬੋਲੋ। ਹੈਲੋ ਜੀ। ਹਾਂਜੀ, ਫਿਰ 5 ਦੇ ਵਿੱਚ ਕਿੰਨੇ ਹੋ ਗਏ, 560 ਸੈਂਟੀਮੀਟਰ ਹੋਰ ਨੇ, ਤਾਂ ਟੋਟਲ ਕਿੰਨੇ ਹੋ ਗਏ, 560 ਸੈਂਟੀਮੀਟਰ। ਮਤਲਬ ਕਿ ਜਦੋਂ ਪਹਿਲਾਂ ਪੋਲ ਦੀ ਲੰਬਾਈ ਕਿੰਨੀ ਸੀ, 507 ਸੈਂਟੀਮੀਟਰ, ਉਦੋਂ ਜਿਹੜੀ ਸ਼ੈਡੋ ਦੀ ਲੈਂਥ ਕਿੰਨੀ ਸੀ, 3 ਮੀਟਰ 20 ਸੈਂਟੀਮੀਟਰ। ਹੁਣ ਆਪਾਂ ਆਪਾਂ ਇਸ ਚੀਜ਼ ਨੂੰ ਵੀ ਕਰ ਲਾਂਗੇ ਚੇਂਜ, ਤਾਂ ਵੀ ਕਿੰਨੇ ਬਣ ਜਾਣਗੇ ਜੀ, ਇਹ 1 ਮੀਟਰ 100 ਪੂਰੇ ਕਿੰਨੇ ਮੀਟਰ ਨੇ, 3 ਮੀਟਰ ਕਿੰਨੇ ਹੋ ਗਏ, 300 ਨਾਲ 20 ਸੈਂਟੀਮੀਟਰ ਹੋਰ ਨੇ, 320 ਸੈਂਟੀਮੀਟਰ ਇਹ ਲੈਂਥ ਕਿਹਦੀ ਆ ਗਈ, ਸ਼ੈਡੋ ਦੀ ਲੈਂਥ ਆ ਗਈ। ਠੀਕ ਹੈ ਜੀ, ਤਾਂ ਹੁਣ ਇਹਨਾਂ ਨੇ ਕੀ ਪੁੱਛਿਆ, ਕਹਿੰਦਾ ਫਾਈਂਡ ਐਟ ਦਾ ਸੇਮ ਟਾਈਮ ਦਾ ਲੈਂਥ ਆਫ ਸ਼ੈਡੋ ਕਾਸਟ ਬਾਏ, ਕਹਿੰਦਾ ਇੱਕ ਪੋਲ ਹੋਰ ਹੈ ਉਹਦੀ ਹਾਈਟ ਕਿੰਨੀ ਹੈਗੀ, 10 ਮੀਟਰ 50 ਸੈਂਟੀਮੀਟਰ ਹਾਈ ਹੈ ਪੋਲ, 10 ਮੀਟਰ ਦੇ ਕਿੰਨੇ ਸੈਂਟੀਮੀਟਰ, 10 ਮੀਟਰ ਦੇ 1000 ਨਾਲ ਕਿੰਨੇ ਹੋ ਗਏ, 50 ਸੈਂਟੀਮੀਟਰ, ਕੁੱਲ ਕਿੰਨੇ ਬਣ ਗਏ ਜੀ, 1050 ਸੈਂਟੀਮੀਟਰ। ਮਤਲਬ ਕਿ ਜਦੋਂ ਪੋਲ ਦੀ ਹਾਈਟ 1050 ਸੈਂਟੀਮੀਟਰ ਹੋਊਗੀ, ਤਾਂ ਆਪਾਂ ਨੇ ਜਿਹੜੀ ਸ਼ੈਡੋ ਦੀ ਲੈਂਥ ਹੈ ਉਹ ਪਤਾ ਕਰਨੀ ਹੈ, ਉਰੇ ਆਪਾਂ ਕੀ ਲਿਖ ਲਾਂਗੇ, ਐਕਸ। ਹੁਣ ਦੁਬਾਰੇ ਇਹਨੂੰ ਆਪਾਂ ਕੀ ਕਰਾਂਗੇ, ਕ੍ਰੋਸ ਮਲਟੀਪਲੀਕੇਸ਼ਨ, ਸੈਂਟੀਮੀਟਰ ਨਾਲ ਸੈਂਟੀਮੀਟਰ ਕੱਟ ਜੂਗਾ, ਆਹ 0 ਨਾਲ 0 ਕੱਟ ਗਈ, ਤਾਂ ਹੁਣ ਆਪਾਂ ਕ੍ਰੋਸ ਮਲਟੀਪਲੀਕੇਸ਼ਨ ਲਾਵਾਂਗੇ, ਐਕਸ ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ, 56 ਨਾਲ, ਕਿੰਨਾ ਬਣ ਜੂਗਾ ਜੀ, 56 ਐਕਸ। 320 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ, 105 ਨਾਲ। ਤਾਂ ਹੁਣ ਇਸ ਚੀਜ਼ ਨੂੰ ਆਪਾਂ ਸੋਲਵ ਕਰਾਂਗੇ, ਜਿਹੜਾ 56 ਹੈ ਉਹ ਨੀਚੇ ਜਾ ਕਿਹਦਾ ਹੋ ਜੂਗਾ, ਭਾਗ ਦਾ, ਇੱਧਰਲੀ ਸਾਈਡ ਤੇ, ਇੱਧਰ ਮਲਟੀਪਲਾਈ ਨਾ 56 ਐਕਸ ਨਾਲ, ਇੱਧਰ ਹੋ ਜੂਗਾ ਭਾਗ। ਤਾਂ ਹੁਣ ਹੁਣ ਇਹ ਕਿਹੜੇ ਨੰਬਰ ਤੇ, ਹੁਣ ਇਹਨੂੰ ਆਪਾਂ ਭਾਗ ਕਰ ਦਾਂਗੇ ਜੀ, ਇਹਨੂੰ ਆਪਾਂ 8 ਦੇ ਪਹਾੜੇ, ਦੇਖੋ ਭਾਗ ਹੋਊਗਾ 56, 8 7 56, 8 4 32, 8 0 0 ਕਿੰਨਾ ਆ ਗਿਆ ਜੀ ਉਰੇ, 40 ਆ ਗਿਆ।
ਤਾਂ ਹੁਣ ਇਸ ਤੋਂ ਬਾਅਦ ਕੀ ਆ ਆਪਣੇ ਕੋਲ ਐਕਸ ਦੀ ਵੈਲਿਊ ਕਿੰਨੀ ਆ ਜੂਗੀ? ਐਕਸ ਆ ਜੂਗਾ 40 ਗੁਣਾ 105 ਵਟੇ 7। ਹੁਣ 7 ਨੂੰ ਵੀ ਇਹਦੇ ਭਾਗ ਕਰ ਦਾਂਗੇ, 105 ਦੇ 7 ਏਕਮ 7 ਤਾਂ ਕੱਢ ਗਏ ਜੀ, ਹੁਣ ਇਹਨੂੰ ਭਾਗ ਕਰਾਂਗੇ 7 ਏਕਮ 7। 10 ਚੋਂ 7 ਕਢਾਵਾਂਗੇ ਕਿੰਨਾ ਆ ਜੂਗਾ? 3 35, 7 5 35, ਠੀਕ ਹੈ ਜੀ। ਉਸ ਤੋਂ ਬਾਅਦ ਕਿੰਨਾ ਆ ਜੂਗਾ ਐਕਸ? ਕਿੰਨਾ ਆ ਗਿਆ? 40 ਗੁਣਾ 15 ਕਿੰਨਾ ਹੋ ਗਿਆ ਜੀ? ਇਹ 600 ਸੈਂਟੀਮੀਟਰ ਆ ਗਿਆ। ਹਾਂਜੀ, ਇਹਦੇ ਹੁਣ ਇਹਦੇ ਮੀਟਰ ਕਿੰਨੇ ਬਣ ਗਏ ਜੀ? ਇਹਦੇ 6 ਮੀਟਰ, ਕਿਉਂਕਿ 100 ਸੈਂਟੀਮੀਟਰ ਦਾ ਕੀ ਹੁੰਦਾ ਹੈਗਾ? 1 ਮੀਟਰ, ਅਤੇ 600 ਸੈਂਟੀਮੀਟਰ ਦਾ ਕੀ ਬਣ ਜਾਣਗੇ? 6 ਮੀਟਰ। ਹਾਂਜੀ, ਐਵੇਂ ਦੱਸੋ ਜਿਹੜਾ ਆਹ ਪਾਠ ਕੀਤਾ ਆਪਾਂ ਨੇ, ਇਹ ਤੁਹਾਨੂੰ ਸਮਝ ਲੱਗ ਗਿਆ ਜੀ? ਹਾਂਜੀ ਸਰ ਜੀ, ਇੱਥੋਂ ਨਹੀਂ ਸਮਝ ਲੱਗਿਆ ਜੀ। ਹਾਂਜੀ, ਕਿੱਥੋਂ ਬੋਲੋ? ਚਲੋ ਦੇਖ ਲੈਂਦੇ ਆ ਆਪਣੇ ਕੋਲ ਕੀ ਲਿਖਿਆ ਹੋਇਆ ਸੀਗਾ। 560 ਸੈਂਟੀਮੀਟਰ ਬਟੇ 1050 ਸੈਂਟੀਮੀਟਰ ਬਰਾਬਰ 320 ਸੈਂਟੀਮੀਟਰ ਬਟੇ ਐਕਸ। ਹਾਂਜੀ ਗਿਆ ਜੀ ਸਰ, ਲੱਗੀ ਸੀ ਪਤਾ ਬਣੀ ਕਿਵੇਂ ਸੀਗੀ? ਹਾਂਜੀ ਬੋਲੋ ਬੋਲੋ ਜੀ। ਹਾਂਜੀ ਸਹਿਜ, ਸਹਿਜ ਹਾਂਜੀ ਲੱਗ ਗਈ ਜੀ ਪਤਾ। ਹਾਂਜੀ ਹੁਣ ਸੈਂਟੀਮੀਟਰ ਨਾਲ ਸੈਂਟੀਮੀਟਰ ਕੀ ਕੈਨਸਲ ਕਰਤਾ, ਠੀਕ ਹੈ ਜੀ। ਆ ਚੀਜ਼ ਲੱਗ ਗਈ ਪਤਾ? ਹਾਂ ਲੱਗ ਗਈ ਪਤਾ ਜੀ। ਜ਼ੀਰੋ ਕੈਨਸਲ ਹੋ ਗਈ, ਆ ਵੀ ਲੱਗ ਗਿਆ ਜੀ ਪਤਾ। 56 ਨੂੰ ਆਪਾਂ ਨੇ ਹੁਣ ਇਸ ਨਾਲ ਮਲਟੀਪਲਾਈ ਕਰਾਂਗੇ, ਐਕਸ ਨਾਲ ਕਿੰਨਾ ਬਣ ਜੂਗਾ? 56 ਗੁਣਾ ਐਕਸ ਬਰਾਬਰ 105 ਰਹਿ ਗਿਆ ਉਰੇ। 105 ਨੂੰ ਕਿਹਦੇ ਨਾਲ ਮਲਟੀਪਲਾਈ ਕਰਾਂਗੇ? 320 ਨਾਲ, ਠੀਕ ਹੈ ਜੀ। ਹਾਂਜੀ ਹੁਣ ਦੱਸੋ। ਹਾਂਜੀ ਬੋਲੋ, ਲੱਗ ਗਈ ਜੀ ਪਤਾ, ਲੱਗ ਗਈ ਜੀ ਪਤਾ। ਐਕਸ ਦੀ ਵੈਲਿਊ ਕੱਢਾਂਗੇ ਆਪਾਂ, 320 ਗੁਣਾ 105 ਵਟੇ 56। ਹੁਣ ਪਹਿਲਾਂ ਇਸ ਚੀਜ਼ ਨੂੰ ਆਪਾਂ 8 ਦੇ ਭਾਗ ਕਰਾਂਗੇ, 8 7 56, 8 ਦੇ ਭਾਗ ਦੇ ਭਾਗ ਕਰ ਰਹੇ ਹਾਂ। ਹੁਣ 320 ਨੂੰ 8 ਦੇ ਭਾਗ ਕਰਤਾ, 8 ਚੌਕਾ 32, 8 0 0, ਠੀਕ ਹੈ ਜੀ। ਇੱਥੇ ਤੱਕ ਲੱਗ ਗਿਆ ਜੀ ਪਤਾ? ਹਾਂਜੀ। ਹੁਣ ਹੁਣ ਆਪਾਂ ਕੀ ਕਰਾਂਗੇ, 7 ਦੇ 7 ਨੂੰ 105 ਦੇ ਭਾਗ ਕਰਦੇ ਹਾਂ। ਅੱਛਾ 15 7 ਕਿੰਨਾ ਹੁੰਦਾ? 105 ਹੁੰਦਾ ਨਾ ਸੈਂਟੀਮੀਟਰ ਕਿੰਨਾ ਹੁੰਦਾ ਜੀ? ਇਹ 6 ਮੀਟਰ ਹੁੰਦਾ। ਹਾਂਜੀ ਬੋਲੋ ਜੀ, ਲੱਗ ਗਿਆ ਜੀ ਪਤਾ ਕੁਛ? ਹਾਂਜੀ ਲੱਗ ਗਿਆ ਸਮਝ। ਅੱਛਾ ਜੀ, ਹੁਣ ਇਹਦਾ ਸੈਕਿੰਡ ਪਾਰਟ ਤੇ ਆ ਗਏ ਆਪਾਂ, ਇਹੀ ਕੁਐਸਚਨ ਦੇ ਸੈਕਿੰਡ। ਹਾਂਜੀ ਹੁਣ ਮੇਰੀ ਗੱਲ ਸੁਣੋ, ਸੈਕਿੰਡ ਪਾਰਟ
ਤੁਹਾਡਾ ਹੋਮਵਰਕ ਹੈ ਜੀ, ਤੁਸੀਂ ਆਪ ਕਰਨਾ ਹੈ। ਚਲੋ ਇਹ ਤੁਸੀਂ ਫਿਰ ਕਰਨਾ ਕੁਸ਼ਚਨ ਨੰਬਰ 9। ਅੱਗੇ ਕੁਸ਼ਚਨ ਨੰਬਰ 10 ਦੇਖੋ। ਹਾਂਜੀ ਦੇਖੋ, ਕੁਸ਼ਚਨ ਨੰਬਰ 10 ਦੇ ਵਿੱਚ ਕੀ ਹੈ, ਕਹਿੰਦਾ ਜੀ, ਕਹਿੰਦਾ ਇੱਕ ਟਰੱਕ ਹੈ, ਕਹਿੰਦਾ ਮਾਲ ਨਾਲ ਲੱਦਿਆ ਹੋਇਆ ਇੱਕ ਟਰੱਕ 25 ਮਿੰਟਾਂ ਦੇ ਵਿੱਚ ਕਿੰਨੀ ਦੂਰੀ ਤੈਅ ਕਰਦਾ ਹੈਗਾ, 14 ਕਿਲੋਮੀਟਰ ਦੂਰੀ ਤੈਅ ਕਰਦਾ। ਕਹਿੰਦਾ ਜੇਕਰ ਉਹ ਉਹੀ ਚਾਲ ਤੇ ਰਹੇ ਤਾਂ 5 ਘੰਟੇ ਵਿੱਚ ਕਿੰਨੀ ਦੂਰੀ ਤੈਅ ਕਰੇਗਾ। ਹਾਂਜੀ, ਹੁਣ ਪਹਿਲਾਂ ਮੈਂ ਐਵੇਂ ਦੱਸੋ, ਹੁਣ ਪਹਿਲਾਂ ਤਾਂ ਆਹ ਚੀਜ਼ ਪਤਾ ਕਰਨੀ ਹੈ ਵੀ ਜਿਹੜੀ ਇਹ ਰੇਸ਼ੋ ਕਿਹੜੀ ਬਣਦੀ ਹੈ, ਡਾਇਰੈਕਟ ਬਣਦੀ ਹੈ ਜਾਂ ਫਿਰ ਇਨਡਾਇਰੈਕਟ ਬਣਦੀ ਹੈ। ਹੁਣ ਇੱਕ ਟਰੱਕ ਹੈ ਜੀ, ਠੀਕ ਹੈ ਜੀ, ਚਲੋ ਟਰੱਕ ਬਣ ਗਿਆ ਆਪਣੇ ਕੋਲ। ਹੁਣ ਮੰਨ ਲਓ ਇਹ, ਹੁਣ ਦੇਖੋ ਮੰਨ ਲਓ ਟਰੱਕ ਦੀ ਸਪੀਡ ਕਿੰਨੀ ਹੈਗੀ, 10 ਕਿਲੋਮੀਟਰ ਪਰ ਆਰ ਹੈ। ਟਰੱਕ ਦੀ ਸਪੀਡ ਕਿੰਨੀ ਹੈ, 10 ਕਿਲੋਮੀਟਰ ਪਰ ਆਰ, ਠੀਕ ਹੈ ਜੀ। ਇਟ ਮੀਨਸ ਕੀ ਬਣ ਜੂ, ਡਾਇਰੈਕਟ ਰੇਸ਼ੀਓ, ਠੀਕ ਹੈ ਜੀ। ਤਾਂ ਜਿੰਨੀ ਦੇਖੋ ਟਰੱਕ ਦੀ ਸਪੀਡ 10 ਕਿਲੋਮੀਟਰ ਪਰ ਆਰ ਹੈ, 1 ਘੰਟੇ ਚ ਕਿੰਨੀ ਦੂਰੀ ਤੈਅ ਕਰਦਾ, 10 ਕਿਲੋਮੀਟਰ, 2 ਚ 20, 4 ਦੇ ਵਿੱਚ 40। ਜਿੰਨਾ ਜਿੰਨਾ ਟਾਈਮ ਵੱਧ ਰਿਹਾ ਹੈਗਾ ਓਨੀ ਓਨੀ ਉਹਦੀ ਕੀ ਹੈ, ਦੂਰੀ ਵੱਧ ਰਹੀ ਹੈ, ਮਤਲਬ ਇਹ ਕੀ ਬਣ ਗਈ, ਡਾਇਰੈਕਟ ਰੇਸ਼ੀਓ। ਤਾਂ ਹੁਣ ਜਿਹੜਾ ਕੁਸ਼ਚਨ ਦਿੱਤਾ ਹੋਇਆ ਇਹ ਵੀ ਐਵੇਂ ਦਾ ਕੁਸ਼ਚਨ ਹੈ, ਬਿਲਕੁਲ ਸੇਮ। ਕਹਿੰਦਾ ਇੱਕ ਟਰੱਕ ਹੈ ਜੀ ਆਪਣੇ ਕੋਲੇ, ਕਹਿੰਦਾ 14 ਕਿਲੋਮੀਟਰ ਟਰੈਵਲ ਕਰਦਾ ਉਹ 25 ਮਿੰਟਾਂ ਦੇ ਵਿੱਚ, ਕਹਿੰਦਾ 5 ਘੰਟੇ ਦੇ ਵਿੱਚ ਕਿੰਨੀ ਦੂਰੀ ਤੈਅ ਕਰ ਜੂਗਾ ਉਹ। ਲੱਗ ਗਈ ਜੀ ਗੱਲ ਸਮਝ? ਇੱਥੇ ਕੀ ਲਿਖਾਂਗੇ ਆਪਾਂ ਦੂਰੀ, ਇੱਥੇ ਕੀ ਲਿਖਾਂਗੇ ਆਪਾਂ ਸਮਾਂ। ਪਹਿਲਾਂ ਕੀ ਸੀਗਾ ਉਹਦੇ ਕੋਲ ਕਿੰਨੇ ਮਿੰਟ ਸੀਗੇ, 25 ਮਿੰਟ, ਉਹ ਚ ਕਿੰਨੀ ਦੂਰੀ ਤੈਅ ਕਰਦਾ ਸੀਗਾ, 14 ਕਿਲੋਮੀਟਰ। ਉਰੇ ਧਿਆਨ ਰੱਖਣਾ, ਉਰੇ ਹੁਣ ਕਿਲੋਮੀਟਰ ਦੇ ਘੰਟਿਆਂ ਦਾ ਦਿੱਕਤ ਆਊਗੀ। ਉਦੋਂ ਬਾਅਦ ਕਹਿੰਦਾ, ਕਹਿੰਦਾ 5 ਘੰਟਿਆਂ ਚ ਕਿੰਨੀ ਦੂਰੀ ਤੈਅ ਕਰੂ, ਉਰੇ ਕੀ ਲਿਖਾਂਗੇ ਆਪਾਂ 5 ਘੰਟੇ, 5 hour। ਹੁਣ ਦੇਖੋ ਇਹ ਕੈਂਸਲ ਨਹੀਂ ਹੋ ਰਿਹਾ ਆਪਸ ਦੇ ਵਿੱਚ, ਤਾਂ ਕਹਿੰਦਾ 5 ਘੰਟਿਆਂ ਚ ਕਿੰਨੀ ਦੂਰੀ ਤੈਅ ਕਰੂਗਾ, ਉਰੇ ਕੀ ਲਿਖਾਂਗੇ ਆਪਾਂ x। ਹਾਂਜੀ ਦੱਸੋ ਪਹਿਲਾਂ ਆਹ ਚੀਜ਼ ਲੱਗ ਗਈ ਜੀ, ਪਤਾ ਇੰਨੀ ਕੁ? Yes sir. ਹਾਂਜੀ, ਕਿਸੇ ਬੱਚੇ ਨੂੰ ਕੋਈ ਦਿੱਕਤ ਤਾਂ ਨਹੀਂ ਇਸ ਦੇ ਵਿੱਚ? ਚਲੋ ਹੁਣ ਦੇਖੋ ਇੱਥੇ ਆਪਾਂ ਨੇ ਮੇਨ ਚੀਜ਼ ਕੀ ਕਰਨੀ ਹੈ, ਉਰੇ ਮਿੰਟ ਨੇ ਉਰੇ ਘੰਟੇ ਨੇ। ਹੁਣ ਐਂ ਦੱਸੋ ਵੀ 1 ਘੰਟੇ ਦੇ ਵਿੱਚ ਕਿੰਨੇ ਮਿੰਟ ਹੁੰਦੇ ਨੇਗੇ? 8 ਜੀ। 8 ਮਿੰਟ, ਤਾਂ 5 ਘੰਟਿਆਂ ਚ ਕਿੰਨੇ ਹੋਣਗੇ? 5 ਘੰਟੇ ਲਿਖੇ ਹੋਏ ਨੇ, ਇਸਦੀ ਜਗ੍ਹਾ ਤੇ ਆਪਾਂ ਕੀ ਲਿਖ ਸਕਦੇ ਹਾਂ, 300 ਮਿੰਟ ਲਿਖ ਸਕਦੇ ਹਾਂ, ਠੀਕ ਹੈ ਜੀ। ਇੱਕੋ ਹੀ ਚੀਜ਼ ਹੈ, ਚਾਹੇ 5 ਘੰਟੇ ਕਹੋ ਚਾਹੇ 300 ਮਿੰਟ ਕਹਿ ਲਓ। ਹੁਣ ਇਹ ਕੀ ਬਣ ਜੂਗਾ, 14/x, ਉਰੇ ਕੀ ਲਿਖਾਂਗੇ ਆਪਾਂ, ਕਿਲੋਮੀਟਰ, ਉਰੇ ਬਣ ਜੂਗਾ 25 ਮਿੰਟ/300 ਮਿੰਟ, ਠੀਕ ਹੈ ਜੀ। ਤਾਂ ਮਿੰਟ ਨਾਲ ਮਿੰਟ ਕੀ ਹੋ ਗਏ, ਕੈਂਸਲ। ਹੁਣ ਆਪਾਂ ਨੇ ਕੀ ਪਤਾ ਕਰਨੀ ਹੈ, x ਦੀ ਵੈਲਿਊ। ਤਾਂ ਹੁਣ ਇਹਨਾਂ ਦੀ ਸਰ 25 ਤੇ 300 ਦੀ 5 ਦੇ ਪਹਾੜੇ ਤੇ ਨਿਕਟ, ਹਾਂਜੀ ਕੱਟੇ ਜਾਣਗੇ, ਚਾਹੇ ਆਪਾਂ ਬਾਅਦ ਚ ਕੱਟ ਲਈਏ ਚਾਹੇ ਆਪਾਂ ਹੁਣੇ ਕੱਟ ਲੈਂਦੇ ਹਾਂ, ਠੀਕ ਹੈ ਜੀ। ਚਲੋ ਆਪਾਂ ਹੁਣੇ ਵੀ ਕੱਟ ਲੈਂਦੇ ਹਾਂਗੇ, ਜਾਂ ਫਿਰ ਬਾਅਦ ਚ ਕਰਨੇ ਬਾਅਦ ਕਰ ਲਿਓ, ਤਾਂ ਜਿਵੇਂ ਮਰਜ਼ੀ ਕਰ ਲਓ, ਸੇਮ ਹੀ ਆਂਸਰ ਆਊਗਾ ਜੀ, ਤਾਂ ਕੋਈ ਫਰਕ ਨਹੀਂ ਪੈਂਦਾ। ਚਲੋ ਆਪਾਂ ਇਹਨੂੰ ਆਪਾਂ ਇੱਧਰ ਲੈ ਕੇ ਜਾਂਦੇ, 14 ਗੁਣਾ ਕਿੰਨਾ ਬਣ ਜੂਗਾ ਇਹ, 300 ਬਰਾਬਰ 25 ਗੁਣਾ ਬਣ ਜੂਗਾ ਐਕਸ। ਤਾਂ ਹੁਣ ਆਪਾਂ ਐਕਸ ਦੀ ਵੈਲਿਊ ਪਤਾ ਕਰਨੀ ਹੈ, ਜਿਹੜਾ 25x ਨਾਲ ਕਿਹਦੇ ਵਿੱਚ ਹੈ, ਮਲਟੀਪਲਾਈ ਦੇ ਵਿੱਚ, ਉੱਧਰ ਜਾ ਕੇ ਕਿਹਦਾ ਬਣ ਜੂਗਾ ਇਹ, ਭਾਗ ਦਾ। ਹਾਂਜੀ, ਉਹਨਾਂ ਨੂੰ 5 ਦੇ ਪਾਟੇ ਤੇ ਆਪਾਂ ਕੱਟ ਦਿੰਦੇ ਹਾਂ, 25 ਨੂੰ 5 5 25, 5 6 30, 5 0 0, ਠੀਕ ਹੈ ਜੀ। 5 1 5, 12 5 60,
ਤਾਂ ਐਕਸ ਕਿੰਨਾ ਆ ਗਿਆ, 14 × 12 ਬਚ ਗਿਆ, ਬਟੇ ਰਹਿ ਗਿਆ ਇੱਕ, ਇੱਕ ਚਾਹੇ ਨਾ ਲਿਖੋ। ਹੁਣ 14 ਤੇ 12 ਦੀ ਮਲਟੀਪਲਾਈ ਕਰਨੀ ਹੈ, ਠੀਕ ਹੈ ਜੀ, ਕਰ ਦੋਗੇ ਜੀ ਇਹ? ਹਾਂਜੀ, ਕਿੰਨਾ ਆਜੂਗਾ ਜੀ? 14 × 12, 12 × 48 = 4, 12 × 12 = 4, 16 168 ਆ ਗਿਆ, 168 ਕਿਲੋਮੀਟਰ। ਤਾਂ ਜਿਹੜਾ ਟਰੱਕ ਹੈ ਉਹ 5 ਘੰਟਿਆਂ ਦੇ ਵਿੱਚ ਕਿੰਨੀ ਦੂਰੀ ਤੈਅ ਕਰੂਗਾ? 168 ਕਿਲੋਮੀਟਰ। ਹਾਂਜੀ, ਹੁਣ ਦੱਸੋ ਕੁਸ਼ਚਨ, ਕੁਸ਼ਚਨ ਸਾਰਾ ਲੱਗ ਗਿਆ ਜੀ, ਸਮਝ ਲੱਗ ਗਿਆ? ਯੈਸ ਸਰ। ਕਿਸੇ ਨੂੰ ਕੋਈ ਦਿੱਕਤ ਕੁਸ਼ਚਨ ਦੇ ਵਿੱਚ ਹੋਵੇ? ਯੈਸ ਸਰ। ਉਸ ਥੋੜੀ ਸਰ ਜੀ ਆਉਰ ਸਮਝਾਇਓ ਜੀ ਆ 14 × 325 ਵਾਲਾ ਜੀ। ਹਾਂਜੀ, ਦੇਖੋ 14 ਕਿਲੋਮੀਟਰ ਬਟੇ ਐਕਸ ਲਿਖਿਆ ਹੋਇਆ ਸੀਗਾ, ਉਰੇ ਕੀ ਸੀਗਾ? 25/300 ਲਿਖਿਆ ਹੋਇਆ ਸੀ। ਬਿਆ ਜੀ ਆ ਚੀਜ਼ ਲੱਗ ਗਈ ਜੀ ਪਤਾ? ਯੈਸ ਸਰ, ਯੈਸ ਸਰ।